लो भाई सजनों मित्रों वेलियो आप आ गए हैं वापस। ते आज जेड़ा आप गीत थोड़े नाल सुनने चले हैं वो है जी रोटी। रोटी हाँ जी कुलबीर झिंजर का रोटी गीत दा ही तो आया। मसला है, रोटी दा तो मसला मसला सारा है रोटी दुनिया दा। ते हर अच्छा किसे अच्छा नू रोटी चाहिए है। ते दीप जंडू चलो आप गीत सुनने हैं पहले इन्हों का कुलबीर झिंजर का। अच्छा नहीं सुनिया पहले कभी तुसी कुलबीर नू? कुलबीर झिंजर सुनिया? मैं उन्हें सुनिया एक दो हैगा गाने बट कोई गाना सुनाया। याद कोई नहीं। वधिया गाउंदे ने। चलो इन्हां दा रोटी गाना तां सुणने आ। ब्लीव आर्टिस्ट सर्विसेज टू रूट्स। गल सुनो ए, सारी उम्र कम करके तेरे वास्ते सारा कुछ बनाया, ट्रक वास्ते कोई पैसा नहीं तेरे वास्ते। पापा चंगी रोटी की खातर इत्थे आए सी, सारी उम्र काम कर करके रोटी जोगे होए आ, ते हुण औलाद इत्थों निकल गई। Change of plans. Everybody down! Hal ho jaye sabbe masliyan da, maut naalo vadda koi sukh hai ni, laash putt आ गया नहीं।
ਲਓ ਜੀ ਇਹ ਸੀ ਅੱਜ ਦਾ ਗੀਤ ਰੋਟੀ ਕੁਲਬੀਰ ਜਿੰਜਰ ਜੀ ਹੋਣਾ ਦਾ ਕਿਦਾਂ ਦੋਸਤਾਂ ਵਿੱਚ ਲੱਭਣਗੇ ਫਿਰ ਉਹ ਦੋਸਤਾਂ ਦੇ ਵਿੱਚ ਬੁਰੇ ਵੀ ਹੁੰਦੇ ਨੇ ਤੇ ਅੱਛੇ ਦੋਸਤ ਵੀ ਹੁੰਦੇ ਨੇ ਫਿਰ ਉਹ ਬੰਦਾ ਕਿਸੇ ਵੀ ਰਾਹ ਤੇ ਲੱਗ ਸਕਦਾ ਹੈ ਜਦੋਂ ਪੇਰੈਂਟਸ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਨਾ ਦੇਣਗੇ ਬਾਕੀ ਵਧੀਆ ਗਾਇਆ ਉਹਨਾਂ ਨੇ ਪੁੱਤਰ ਮਾਂ ਦੇ ਨਾਲ ਬੈਠ ਕੇ ਪਿਓ ਦੇ ਬਰਥਡੇ ਵਾਸਤੇ ਇੰਤਜ਼ਾਰ ਕਰ ਰਹੇ ਉਹਨਾਂ ਨੇ ਕਾਲ ਕੀਤੀ ਪਿਓ ਨੇ ਕੱਟ ਦਿੱਤੀ ਹੈ ਪਿਓ ਨਹੀਂ ਆਇਆ ਜਦੋਂ ਪਿਓ ਆਇਆ ਉਹ ਉੱਠ ਕੇ ਟੁਰ ਚੁੱਕਿਆ ਠੀਕ ਹੈ ਉਹ ਖਤਮ ਹੋ ਗਿਆ ਫਿਰ ਉਹਦੀ ਜੇਬੀ ਵਿੱਚੋਂ ਡਰੱਗਸ ਨਿਕਲਿਆ ਮਾਂ ਨੇ ਆ ਕੇ ਪਿਓ ਨੂੰ ਵਿਖਾਇਆ ਪਿਓ ਕਾਲ ਤੇ ਇੰਨਾ ਮਸਰੂਫ ਹੈ ਉਹਨੇ ਨੋਟਿਸ ਹੀ ਨਹੀਂ ਲਿਆ ਵੇਖੋ ਤੁਸੀਂ ਫਿਰ ਇਹ ਚੀਜ਼ ਬੱਚਿਆਂ ਦਾ ਜ਼ਿਹਨ ਤੇ ਹੁੰਦੀ ਕੱਚੀ ਸਲੇਟ ਤਰ੍ਹਾਂ ਜੋ ਉਹਦੇ ਤੇ ਨਕਸ਼ ਹੁੰਦਾ ਜਾਏਗਾ ਬੱਚੇ ਤਰਬੀਅਤ ਮੰਗਦੇ ਆ ਕਿ ਸਾਨੂੰ ਬੱਚੇ ਮਾਪਿਓ ਦਾ ਟਾਈਮ ਬਹੁਤ ਜ਼ਿਆਦਾ ਮੰਗਦੇ ਨੇ ਚਲੋ ਇਹ ਮੌਲਾਨਾ ਤਾਰਕ ਜਮੀਲ ਸਾਹਿਬ ਨੇ ਆਖਿਆ ਸੀ ਕਿ ਆਪਾਂ ਤਿੰਨ ਤਿੰਨ ਸਾਲ ਦੇ ਬੱਚਿਆਂ ਨੂੰ ਸਕੂਲੇ ਪਾ ਦਿੰਦੇ ਆ ਠੀਕ ਹੈ ਹਾਲਾਂਕਿ ਉਹ ਟਾਈਮ ਹੁੰਦਾ ਹੈ ਕਿ ਬੱਚਿਆਂ ਨੂੰ ਤੁਸੀਂ ਨਾ ਪਿਆਰ ਦਵੋ ਬੱਚਿਆਂ ਨੂੰ ਆਪਣਾ ਪਿਆਰ ਪਿਆਰ ਕਰਨ ਦੀ ਉਹਨਾਂ ਦੀ ਉਮਰ ਹੁੰਦੀ ਹੈ ਤੇ ਆਪਾਂ ਮਾਂ ਪਿਓ ਜਿਹੜੇ ਨੇ ਜਾਨ ਛਡਾਉਂਦੇ ਨੇ ਆਂਦੇ ਨੇ ਸਕੂਲੇ ਜਾਵੇ ਚਲੋ ਕੋਈ ਜਿਹੜੇ ਨੇ 2 ਵਜੇ ਤੱਕ ਜਿਹੜਾ ਉੱਥੋਂ ਜਾਣ ਸਾਡੀ ਜਾਨ ਛੁੱਟੀ ਹਾਂ ਮੋਸਟਲੀ ਇਹੀ ਸੋਚਦੇ ਨੇ ਥੋੜਾ ਜਿਹਾ ਬੱਚਾ ਤੰਗ ਕਰੇ ਤੇ ਉਹ ਮਤਲਬ ਇਹ ਕਿ ਉਹ ਤੰਗ ਕਰਨਾ ਜ਼ਾਹਰ ਹੈ ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਹਾਂ ਅਸੀਂ ਵੀ ਤਾਂ ਕਰਦੇ ਹੀ ਹੋਵਾਂਗੇ ਤੇ ਅੱਜ ਹੁਣ ਉਹੀ ਤੇ ਪਿਆਰ ਹੈ ਛੋਟੇ ਛੋਟੇ ਬੱਚਿਆਂ ਦੀ ਜ਼ਿੱਦ ਹੋ ਗਈ ਇਹ ਉਹ ਛੋਟੀਆਂ ਛੋਟੀਆਂ ਚੀਜ਼ਾਂ ਆ ਮੈਨੂੰ ਸਾਰੇ ਆਉਂਦੇ ਨੇ ਕਿ ਨਾ ਮੁਹੰਮਦ ਬੁਰਹਾਨ ਨੂੰ ਨਾ ਸਕੂਲ ਦਾਖਲ ਕਰਵਾ ਦੇ ਬੜੀਆਂ ਗੱਲਾਂ ਕਰਦਾ ਪਰ ਮੈਂ ਕਹਿੰਦੀ ਨਹੀਂ ਉਦੋਂ ਦਾ ਟਾਈਮ ਹੈ ਉਹਨੇ ਖੇਡਣਾ ਘਰ ਮੈਂ ਤੇ ਨਹੀਂ ਕਰਵਾਉਣਾ ਨਾ ਵੀ 7 ਸਾਲ ਦਾ ਹੋਵੇ ਲੇਕਿਨ 5 ਸਾਲ ਤੱਕ ਬੱਚੇ ਨੂੰ ਦਾਖਲ ਕਰ 4.5 ਸਾਲ 5 ਸਾਲ ਵੈਸੇ ਮਨਾਂ ਸਭ 5 ਸਾਲ 7 ਸਾਲ ਕਹਿੰਦੇ ਲੇਕਿਨ ਉਹ ਬਹੁਤ ਛੇਤੀ ਮਤਲਬ ਕਰ ਦਿੰਦੇ ਨੇ ਨਾ ਅੱਜ ਕੱਲ੍ਹ ਦੇ ਲੋਕ ਜਿਹੜੇ ਚਲੋ ਬਹਰਲ ਜਿਹੜਾ ਜੀ ਗੀਤ ਬਹੁਤ ਵਧੀਆ ਸੀ ਹੁਣ ਇਜਾਜ਼ਤ ਦਿਓ ਤੇ ਆਪਾਂ ਅਗਲੇ ਵੀਡੀਓ ਵਿੱਚ ਮਿਲਦੇ ਹਾਂ